26 ਜਨਵਰੀ ਨੂੰ ਦਿੱਲੀ ਵਿਖੇ ਹੋਏ ਗਣਤੰਤਰ ਦਿਹਾੜੇ ਮੌਕੇ ਇਸ ਵਾਰ 'ਚ ਇੱਥੇ ਕਈ ਸੂਬਿਆਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਸਨ। ਉੱਥੇ ਹੀ ਇਸ ਵਾਰ ਪੰਜਾਬ ਦੀ ਝਾਕੀ ਨੂੰ ਇਸ ਸਮਾਗਮ ਦਾ ਹਿੱਸਾ ਨਹੀਂ ਸੀ ਬਣਾਇਆ ਗਿਆ, ਜਿਸ ਕਾਰਨ ਪੰਜਾਬ ਦੇ ਵਾਸੀਆਂ ਦੇ ਦਿਲਾਂ ਨੂੰ ਕਾਫੀ ਠੇਸ ਪਹੁੰਚੀ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਦਰਸਾਉਂਦੀ ਝਾਕੀ ਨੂੰ ਗਣਤੰਤਰ ਦਿਵਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਦਿਖਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਇਹ ਝਾਕੀਆਂ ਲੁਧਿਆਣਾ ਵਾਲੀ ਸਾਈਡ ਤੋਂ ਹੁੰਦੀ ਹੋਈ ਫਗਵਾੜਾ ਰਾਹੀਂ ਨਕੋਦਰ ਵਾਲੀ ਸਾਈਡ ਰਾਹੀਂ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਈ। ਇਹਨਾਂ ਝਾਕੀਆਂ ਨੂੰ ਲੈ ਕੇ ਜਿੱਥੇ ਫਗਵਾੜਾ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਉੱਥੇ ਹੀ ਪੁਲਿਸ ਫੋਰਸ ਦੀਆਂ ਗੱਡੀਆਂ ਇਹਨਾਂ ਝਾਕੀਆਂ ਦੇ ਅੱਗੇ ਪਿੱਛੇ ਫਗਵਾੜਾ ਸ਼ਹਿਰ ਤੋਂ ਸਹੀ ਸਲਾਮਤ ਅਗਲੇ ਪੜਾਅ ਵੱਲ ਭੇਜਣ ਲਈ ਲੱਗੀਆਂ ਹੋਈਆਂ ਸਨ। ਪੰਜਾਬ ਸਰਕਾਰ ਵੱਲੋਂ ਜਿਹੜੀਆਂ ਝਾਕੀਆਂ ਭੇਜੀਆਂ ਗਈਆਂ ਸੀ, ਜਿਹੜੀ ਕੇਂਦਰ ਸਰਕਾਰ ਵੱਲੋਂ 26 ਜਨਵਰੀ ਦਾ ਪ੍ਰੋਗਰਾਮ ਬਣਾਇਆ ਜਾਣਾ ਸੀ ਦਿੱਲੀ ਦੇ ਵਿੱਚ, ਉਹਦੇ ਤਹਿਤ ਉਹਨਾਂ ਨੇ ਇਹਦੇ ਵਿੱਚ ਫਰਕ ਕੀਤਾ, ਕਿਉਂਕਿ ਝਾਕੀ ਪੰਜਾਬ ਦੀ ਕੋਈ ਵੀ ਉਹਨਾਂ ਨੇ ਫੰਕਸ਼ਨਾਂ ਦੇ ਵਿੱਚ ਨਹੀਂ ਐਡ ਹੋਣ ਦਿੱਤੀ, ਕਿਉਂਕਿ ਇਹ ਪਹਿਲੀ ਵਾਰੀ ਨਹੀਂ ਹੋਇਆ, ਹਮੇਸ਼ਾ ਪੰਜਾਬ ਨਾਲ ਧੱਕਾ ਹੋਇਆ ਔਰ ਪੰਜਾਬ ਨਾਲ ਵਿਤਕਰਾ ਹੋਇਆ, ਜਿਹਦੇ ਤਹਿਤ ਪੰਜਾਬ ਦੇ GST ਦੇ ਜਿਹੜੇ ਪੈਸੇ ਆ ਉਹ ਹਜੇ ਤਾਂ ਨਹੀਂ ਮਿਲ ਰਹੇ, RDF ਦੇ ਪੈਸੇ ਨਹੀਂ ਮਿਲ ਰਹੇ। ਔਰ ਜਿਹੜੀਆਂ ਝਾਕੀਆਂ ਸੀ ਉਹ ਸਾਡੇ ਸ਼ਹੀਦ ਭਗਤ ਸਿੰਘ ਜੀ, ਊਧਮ ਸਿੰਘ ਜੀ, ਅਲੱਗ ਅਲੱਗ ਜਿੱਦਾਂ ਪੰਜਾਬ ਦਾ ਕਲਚਰ ਆ ਉਹਦੀਆਂ ਝਾਕੀਆਂ ਬਣਾਈਆਂ ਗਈਆਂ ਸੀ, ਉਹਨਾਂ ਨੂੰ ਮਨਜ਼ੂਰੀ ਨਾ ਦੇ ਕੇ ਉਹਨਾਂ ਨੇ ਸਾਬਤ ਕਰ ਦਿੱਤਾ ਵੀ ਪੰਜਾਬ ਦੇ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਜਾ ਰਿਹਾ। ਇਹ ਪਹਿਲੀ ਵਾਰ ਨਹੀਂ ਹੋਇਆ, ਮੋਦੀ ਸਰਕਾਰ ਵੱਲੋਂ ਹਮੇਸ਼ਾ ਹੀ ਵਿਤਕਰਾ ਹੋਇਆ, ਇਹਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਔਰ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਆ, ਕਿਉਂਕਿ ਆਉਣ ਵਾਲੀਆਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਜਿੱਦਾਂ ਉਹਨਾਂ ਨੇ ਪੰਜਾਬ ਨਾਲ ਵਿਤਕਰਾ ਕੀਤਾ, ਉਹਦਾ ਮੂੰਹ ਤੋੜ ਜਵਾਬ ਦੇਣ ਲਈ ਸਾਨੂੰ ਲਾਹੇਵੰਦ ਹੋਣਾ ਚਾਹੀਦਾ ਔਰ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਔਰ ਵੋਟਾਂ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ, ਕਿਉਂਕਿ ਪੰਜਾਬ ਹਮੇਸ਼ਾ ਹੀ ਪੂਰੇ ਭਾਰਤ ਨੂੰ ਆਪਣਾ ਜਿਹੜਾ ਵੱਖ ਵੱਖ ਜਿਹੜੇ ਉਪਰਾਲੇ ਕਰਕੇ ਉਹਨਾਂ ਨੂੰ ਜਿਹੜਾ ਦੂਜਾ ਖੇਤੀਬਾੜੀ ਵੱਲੋਂ ਜਿਹੜਾ ਉਦਯੋਗ ਆ, ਜਿਹੜਾ ਕਣਕ ਆ ਜਾਂ ਝੋਨਾ, ਜਿੰਨੀ ਖੇਤੀਬਾੜੀ ਦਾ ਕੰਮ ਪੰਜਾਬ ਦੇ ਵਿੱਚ ਹੋ ਰਿਹਾ, ਇਸ ਤੋਂ ਇਲਾਵਾ ਕਿਤੇ ਨਹੀਂ ਸਟੇਟ 'ਚ ਹੋ ਰਿਹਾ, ਪਰ ਪੰਜਾਬ ਨਾਲ ਹਮੇਸ਼ਾ ਵਿਤਕਰਾ ਹੋ ਰਿਹਾ, ਚਾਹੇ ਕਿਸੇ ਤਰ੍ਹਾਂ ਦਾ ਵੀ ਲਾ ਲਓ, ਚਾਹੇ ਸਾਡਾ ਜਿਹੜਾ ਹੱਕ ਆ ਪੈਸਾ GST ਆ, RDF ਫੰਡ ਆ ਜਾਂ ਹੋਰ ਫੰਡ ਆ, ਉਹ ਹਮੇਸ਼ਾ ਹੀ ਹੁੰਦਾ। ਇਹਦੀ ਮੈਂ ਸਖ਼ਤ ਸ਼ਬਦਾਂ ਵਿੱਚ ਕੇਂਦਰ ਸਰਕਾਰ ਦੀ ਨਿੰਦਿਆ ਕਰਦਾ।